ਬਾਪੂ ਸਿਰ ਤੇ ਅੱਛਾ ਹੈ ਹੈ ਕਿ ਪਰ ਸਾਡਾ ਜੀਵ ਨਹੀਂ ਲੱਗਦਾ ਕੂਏ ਵਗੈਰਾ ਇਹ ਮੇਨ ਗੱਲ ਸਾਡਾ ਜੀਵ ਲੱਗਦਾ ਜੀ ਖੇਤ ਨੂੰ ਜਾਣਾ ਪਾਣੀ ਦੇਖਦਾ ਵੀ ਇਕੱਠੇ ਨਹੀਂ ਜਾਣਾ ਸਤਿ ਸ੍ਰੀ ਅਕਾਲ ਜੀ ਕਿਰਪਾ ਮਹਾਰਾਜ ਦੀ ਹੱਡ ਪੈਰ ਚੱਲਦੇ ਆਪਣੇ ਚੱਲਦੇ ਰਹਿਣ ਅੱਜ ਵੀਰ ਵੀ ਦੇਖਦਾ ਤਾਂ ਕਹਿੰਦਾ ਵੱਢ ਵੀ ਦਿੱਤੀ ਲੈ ਛੱਡਦੇ ਆ ਜੀ ਪੁਰਾਣੇ ਖੁੰਡਾ ਪੁਰਾਣੇ ਖੁੰਡਾ ਗਏ ਨਹੀਂ ਹਿਲਦੇ ਨਹੀਂ ਹਾਂ ਹੁਣ ਤੇ ਲੈਣਾ ਨੂੰ ਦੇਸੀ ਕੀ ਖਾਲੇ ਟੱਟੀਆਂ ਲੱਜ ਜਾਂਦੀਆਂ ਅੱਗੇ ਵਾਲੀ ਕੰਬਲੀ ਖਲਾ ਦੇ ਜਾਏ ਉਹ ਵੀ ਆ ਜਾ ਮੈਂ ਹਾਂ ਹੈ ਕਿ ਨਹੀਂ ਯਾਲ ਚ ਖਲਾ ਦੇ ਜੋ ਗਰਮੀ ਖਲਾ ਤੇ ਆ ਜਾ ਮੈਂ ਹੁਣ ਤਾਂ ਤਗੜੇ ਲੀਵਰ ਆ ਐ ਸਭ ਕੁਝ ਲੀਵਰ ਚ ਹਲਦਾ ਆਪਣਾ ਹਾਂ ਚੱਲਦਾ ਜੀ ਹੈ ਕਿ ਨਹੀਂ ਇੱਕ ਹੋਰ ਪੰਗਾ ਆਪਰੇ ਹਾਂ ਜੀ ਜਿੰਨੇ ਰੁਗੂ ਨਹੀਂ ਬੈਠ ਕੇ ਨਿਕਲਦੀ ਹੈ ਨਾਲ ਹਾਂ ਵੱਟ ਲੈਂਦਾ ਹੈ ਚੱਕ ਕੇ ਬੋਲਣਾ ਪੈਂਦਾ ਰੁਗਾ ਹਾਂ ਐ ਨਹੀਂ ਹੈ ਕਿ ਵੀ ਲੱਗ ਲੱਗ ਪਰ ਰੱਖ ਦੂੰਗਾ ਹਾਂ ਜਣੀ ਜੇ ਹੁਣ ਮੁੱਠੀ ਵੱਢ ਲਈ ਉਹ ਚੱਕ ਕੇ ਪਾਉਣੀ ਪੈਣੀ ਭਰੀ ਚ ਪਾਉਣੀ ਪੈਣੀ ਉਹਨੇ ਬੈਠ ਕੇ ਨਿਕਲਦੀ ਹੈ ਨਾਲ ਸਾਰੇ ਕੰਮ ਹੁੰਦੇ ਆ ਸਾਰੇ ਕੰਮ ਨਾਲ ਦੀ ਨਾਲ ਹੁੰਦੇ ਆ ਹਾਂ ਹੈ ਕਿ ਨਹੀਂ ਹਾਂ ਕੀ ਦੇ ਤਿੰਨ ਵੱਢਦੀ ਆ ਇੱਕ ਹੋਰ ਵੱਢਣੀ ਆ ਚਾਰ ਕਰਨੀ ਟਰੈਕਟਰ ਪੇ ਲੈ ਜਾਣੀ ਟਰੈਕਟਰ ਵੀ ਲੈ ਜਾਣੀ ਹੁਣ ਪਾਉਣਾ ਆਇਆ ਇਹ ਡੰਡਾ ਬਸਾ ਲਿਓ ਪਿੱਛੇ ਲੋੜੇ ਨਹੀਂ ਪੈਂਦੀ ਰੁਕਾ ਵੀ ਤੇਰਾ ਪਿੱਛੇ ਉਹਦੇ ਹੋਏ ਨਹੀਂ ਉਹ ਹਾਂ ਹਾਂ ਗਏ ਗਏ ਜਿਹੜੇ ਸਪਰਿੰਗ ਵਾਲੇ ਖੜੇ ਆ ਹਾਂ ਉਹੀ ਨਹੀਂ ਭਰੀ ਲੜਨ ਦੇ ਹਾਂ ਰੱਸੀਆਂ ਵੀ ਹੋਣੀਆਂ ਹੁੰਦੀਆਂ ਰੱਸੀ ਨਹੀਂ ਹੈਗੀ ਅੱਛਾ ਆਇਓ ਰੱਖ ਦੇ ਨਹੀਂ ਜਾਂਦੀਆਂ ਕਿਧਰੇ ਬਾ ਠੀਕ ਹੈ ਦਿਲਦੀ ਨਹੀਂ ਇਹ ਤੇ ਕਿਆ ਬੀਜਣ ਲੱਗੇ ਉਧਰ ਉਧਰ ਯਾਰ ਮੇਰੀ ਗੱਲ ਸੁਣ ਲਾ ਹੁਣ ਉਧਰ ਬੀਜਣਾ ਇੱਕ ਤਾਂ ਮੇਰੀ ਸਲਾਹ ਵੀ ਇਹ ਤਾਂ ਹੁਣ ਬਾਹਰ ਆ ਇਹਨੂੰ ਮੈਂ ਕਿਹਾ ਬਾਹਰ ਦੇ ਅੱਛਾ ਜੀ ਚੂਹੇ ਨੇ ਨਾ ਬੱਟਾ ਵੱਡੀਆਂ ਪੇਤੀਆਂ ਸਾਰੀਆਂ ਅੱਛਾ ਜੀ ਚੂਹੇ ਦੇ ਬੱਟਾ ਕਰਕੇ ਨਾ ਉਹ ਇਹਨੇ ਵੱਟ ਰਗੜਤੀ ਜ਼ਿਆਦਾ ਹੁਣ ਅਗਲਾ ਖੇਤ ਵਾਲਾ ਕਹੂਗਾ ਭਾਈ ਮੇਰੀ ਵੱਟ ਵੱਟਤੀ ਵੱਟ ਵੱਟ ਮੈਂ ਇਹਨੂੰ ਪਹਿਲਾਂ ਬਾਹ ਪਾੜ ਪਾ ਇਹਨੂੰ ਪਾੜ ਪਾ ਕੇ ਇਹਨੂੰ ਜਿੰਦੇ ਨਾਲ ਹੱਥਾਂ ਨਾਲ ਮਿੱਟੀ ਲਾਉਂਦੇ ਅਗਲੀ ਵੱਟ ਕਰਦੇ ਆ ਸਹੀ ਸਹੀ ਠੀਕ ਨਹੀਂ ਗੱਲ ਜਿਹੜਾ ਕਾਨੂੰਨ ਆ ਕਾਨੂੰਨ ਇਹ ਤਾਂ ਕਾਨੂੰਨ ਹੈ ਹੈ ਕਿ ਨਹੀਂ ਹਾਂ ਉਹੀਓ ਵੱਟਾ ਵੱਟੀ ਜਾਣੀ ਬਾਕੀ ਵੱਟ ਵੱਟ ਕੇ ਆਪਾਂ ਨੇ ਕਿੰਨਾ ਕਿਆ ਕਰ ਲੂਗੇ ਉਹਦਾ ਚੱਲ ਉਂ ਲੱਗ ਗਿਆ ਨਾਲ ਇਹਨੂੰ ਮੈਂ ਹੀ ਕਹਿੰਦਾ ਮੈਂ ਵੱਟ ਥੋੜੀ ਜਿਹੀ ਰਗੜਦੀ ਚੂਹੇ ਦਾ ਖੱਡਾ ਬਹੁਤ ਹੈ ਅੱਛਾ ਉਂ ਕਹਿੰਦਾ ਖੇਤ ਮਖਾ ਉਹਦੇ ਬਾਅਦ ਆਪਾਂ ਨੇ ਮਿੱਟੀ ਲਾ ਲੈਣੀ ਉਹ ਸਵੇਰੇ ਮਿੱਟੀ ਲਾਉਂਗੇ ਉਤੇ ਬਾਅਦ ਬੀਜੂਗੇ ਦੇਖਦੇ ਹੋ ਕਿਆ ਬੀਜਦੇ ਆ ਕਿਆ ਬੀਜ ਹੁੰਦਾ ਹਜੇ ਕੋਈ ਸਲਾਹ ਨਹੀਂ ਕੋਈ ਸਲਾਹ ਨਹੀਂ ਹੈਗੀ ਸਵੇਰ ਨੂੰ ਜਿਹੜੀ ਬੀਜ ਦੇਣਾ ਲਈ ਤਾਂ ਗਿੱਲ ਜਾਂਦੀ ਲੱਗਣੀ ਹੁਣ ਇਹਨੂੰ ਰਾਤ-ਰਾਤ ਸਲਾਹ ਕਰੂਗੇ ਭਾਈ ਕਿਆ ਬੀਜਣਾ ਠੀਕ ਨਹੀਂ ਗੱਲ ਫਿਰ ਆਪਾਂ ਨੇ ਸਵੇਰੇ ਉਹ ਬੀਜ ਦੇਣਾ ਇੱਕ ਪੂਲਰ ਵਾਲਾ ਖੇਤ ਉਧਰ ਬੌਣੇ ਵਾਲਾ ਆਪਣਾ ਉਹਦੇ ਕੋਲ ਉਧਰ ਦੁਕਾਨਾਂ ਕੋਲ ਚੱਕੀਆਂ ਕੋਲ ਠੀਕ ਹੈ ਜੀ ਉਹਦੇ ਕਾਕੰਡਾ ਹੋਏਗਾ ਉਹ ਵੀ ਬੌਣਾ ਸਵੇਰ ਨੂੰ ਅੱਛਾ ਜੀ ਹੁਣ ਸਵੇਰ ਨੂੰ ਇਹੀ ਕੰਮ ਕਰਨੇ ਆ ਜਨ ਉਹ ਬਾ ਦਿਓ ਇੱਧਰ ਛਿੱਟਾ ਦੇ ਲਿਓ ਬਾ ਕੇ ਫਿਰ ਉਹ ਕਰ ਦਿਓ ਰੰਗ ਵਾਲਾ ਨਹੀਂ ਦੰਦਾ ਆਈ ਗਈ ਉਹ ਤਾਂ ਛੱਡੋ ਉਹਦਾ ਸਵੇਰੋਂ ਕਹਿੰਦਾ ਮੈਂ ਆਇਆ ਰੰਗ ਲਿਆ ਦੇ ਦਾ ਰੰਗ ਵੀ ਆਇਆ ਅਸੀਂ ਭੱਜ ਕੇ ਆਏ ਉੱਥੇ ਤੇ ਕੰਮ ਛੱਡ ਕੇ ਉਹ ਫੇਰ ਨਹੀਂ ਆਇਆ ਹੈਗਾ ਹੁਣ ਉਹਨੂੰ ਜੁੱਤੀਆਂ ਦੀ ਕਸਰ ਹੋਰ ਕੋਈ ਨਹੀਂ ਹੈ ਸਰ ਆਈ ਠੀਕ ਨਹੀਂ ਹੁਣ ਸਹੀ ਤਾਂ ਮੈਂ ਬੋਲਿਆ ਥੋੜੀ ਗੱਲ ਚ ਬਹੁਤ ਗਲਤ ਗੱਲ ਹੈ ਉੱਥੇ ਪਤਾ ਯਾਰ ਬੰਦਾ ਆਪਣਾ ਫੋਨ ਵੀ ਆਪ ਕਰਿਆ ਤੇ ਉਹੀ ਗੱਲ ਹੈ ਨਾ ਹੁਣ ਅੱਜ ਅਸੀਂ ਤਾਂ ਨਹੀਂ ਫੋਨ ਕਰਿਆ ਉਹਨੇ ਆਪ ਸਵੇਰ ਦੇ ਉੱਥੇ ਬੈਠੇ ਆ ਆਇਆ ਫੇਰ ਨਹੀਂ ਉਹ ਫੇਰ ਫੋਨ ਬੰਦ ਕਰਤਾ ਫੇਰ ਫੋਨ ਬੰਦ ਕਰਤਾ ਵੇ ਦੱਸ ਕਾ ਦੀ ਕਸਰ ਹੈ ਹੁਣ ਇਹ ਬਹੁਤ ਗਲਤ ਗੱਲ ਹੈ ਉਹਨਾਂ ਨੇ ਹੁਣ ਲਾਸਟ ਵਾਲਾ ਕੰਮ ਆ ਉਹੀ ਤਾਂ ਗੱਲ ਹੈ ਵੀ ਤੂੰ ਆਪਣੀ ਮਾਰਕੀਟ ਮੈਨੂੰ ਤਾਂ ਐ ਨਹੀਂ ਪਤਾ ਲੱਗਦਾ ਬੰਦਾ ਆਪਣੀ ਮਾਰਕੀਟ ਕਾਤੇ ਖਰਾਬ ਕਰਦਾ ਇੰਨਾ ਵਧੀਆ ਰੰਗ ਕਰਦਾ ਉਹ ਹਾਂ ਉਹ ਆਪਣੀ ਮਾਰਕੀਟ ਕਾਤੇ ਖਰਾਬ ਕਰਦਾ ਹੁਣ ਜਿਹੜਾ ਵੀਡੀਓ ਦੇਖ ਸਾਡੇ ਬੰਦਾ 14 15000 ਬੰਦਾ ਵੀਡੀਓ ਦੇਖਦਾ ਉਹਦੇ ਵਾ ਹੁਣ ਦੱਸੀ ਤੇ ਬੰਦਾ ਕਰਾ ਲੂਗਾ ਰੰਗ ਕੋਈ ਹੁਣ ਰੰਗ ਤਾਂ ਵਧੀਆ ਅਗਲਾ ਕਰਾਊਗਾ ਵੀ ਪਰ ਇਹਨੂੰ ਆਪਣੇ ਸੂਲਾਂ ਪਰ ਰਹਿਣਾ ਚਾਹੀਦਾ ਸੂਲਾਂ ਪਰ ਨਹੀਂ ਚੱਲ ਸਾਡੇ 5 ਦਿਨ 6 ਦਿਨ ਟ੍ਰੇਲੇ ਨੂੰ ਬਸ ਮਹੀਨਾ ਹੋ ਗਿਆਗਾ ਭਾਈ ਚੱਲ ਮਹੀਨੇ ਚ ਆਏ ਤਾਂ ਹੈਗਾ ਵੀ ਕੰਮ ਤਾਂ ਰੋਜ਼ ਕਰ ਜਵੇ ਆਗੇ ਉਹ ਕੰਮ ਤਾਂ ਜੇ ਰੋਜ਼ ਕਰੇ ਫਿਰ 5 ਦਿਨ ਦਾ ਹੀ ਕੰਮ ਹੈ ਫੇਰ ਤਾਂ ਕੰਮ ਹੀ ਹੋ ਨਹੀਂ ਉਹ ਤਾਂ ਚੱਲ ਹੈਗਾ ਇੱਕ ਦਿਨ ਆ ਗਿਆ 2 ਟਰਾਲੇ ਆ ਇਕੱਲਾ ਬੰਦਾ ਚੱਲ ਤਾਂ ਵੀ ਲੰਘੀ ਜਾਂਦਾ ਟਾਈਮ ਉਹੀ ਗੱਲ ਆ ਯਾਰ ਵੀ ਆਈ ਤਾਂ ਜਾਵੇ ਹੁਣ ਘੱਟੋ ਘੱਟ ਸ਼ੈਨਰ ਨੂੰ ਇਹ ਘੱਟੋ ਘੱਟ 10 ਦਿਨ ਤਾਂ ਹੋਏ ਗਏ ਉਹੀ ਗੱਲ ਆ 10 ਦਿਨ ਇੱਕ ਟ੍ਰੇਲਾ ਬਾਹਰ ਖੜਾਉਣ ਯੋਗੇ ਨਹੀਂ ਹੈਗੇ ਨਾ ਕਿਸੇ ਕੰਮ ਨੂੰ ਲਿਆਣ ਯੋਗੇ ਵੀ ਲਿਬੜ ਜਾਣਾ ਇਹਨੇ ਜੇ ਪਾਸ ਮਾਰਨੀ ਉਹਨੇ ਹੁਣ ਇਹਦੇ ਕਰਕੇ ਅਸੀਂ ਟ੍ਰੇਲਾ ਅਗਲੇ ਦਾ ਹੋਰਦਾ ਹੁਣ ਕਿਹਦੇ ਕੇ ਮੰਗੀ ਜਾਈਏ ਇਹ ਵੀ ਆ ਹੁਣ ਆਪਣਾ ਖੜਾਏ ਨੂੰ ਅਗਲਾ ਕਹਿੰਦਾ ਮਹੀਨਾ ਹੋ ਗਿਆ ਤੁਹਾਨੂੰ ਤਾਂ ਖੜਾਏ ਨੂੰ ਹੈ ਕਿ ਨਹੀਂ ਇਹ ਗੱਲਾਂ ਦਾ ਫਰਕ ਪਾਉਣ ਵੀ ਕਿਸੇ ਦੇ ਟ੍ਰੇਲੇ ਹੀ ਬਣਾਉਣੇ ਪੈਣੇ ਹਾਂ ਤਾਂ ਨਹੀਂ ਬਣਾਉਣੇ ਪੈਂਦੇ ਮਸ਼ੀਨ ਜੀ ਦੀ ਵੇਚ ਕੇ ਹੋਰ ਤੇ ਕਲਾ ਲੈ ਜਿਹੜਾ ਰਹਿੰਦਾ ਕੰਮ ਹਾਂ ਵੇਚਣੀ ਵੀ ਕਾਹਨੂੰ ਆਪੇ ਮਾਰ ਲੈਣਾ ਫੇਰ ਉਹ ਕਿਆ ਸਿੱਕ ਜਾਾਂਗੇ ਕੰਮ ਹੋਰ ਸੰਦ ਮੰਡਾ ਨੂੰ ਮਾਰੂਗੇ ਫਿਰ ਆਪੇ ਰੱਖ ਲੈਣੀ ਅਸੀਂ ਆਪੇ ਰੱਖ ਲੈਣੀ ਠੀਕ ਨਹੀਂ ਗੱਲ ਅਸੀਂ ਕਿਹੜੇ ਭੁੱਲੇ ਵੇ ਆ ਹਾਂ ਹਲ ਲਿਆਂਦੇ ਹੀ ਆ ਜਦੇ ਰੰਗ ਦੇਣੇ ਆ ਹਾਂ ਇਹ ਕੰਮ ਨੂੰ ਰੱਖੇ ਕਰਨਾ ਜਿਹੜਾ ਸਵਾਲ ਲੈਦਾ ਜਦੇ ਰੰਗ ਦੇ ਕਰਨਾ ਹਾਂ ਪਿੰਡੇ ਕੋਈ ਛੱਡਣਾ ਨਹੀਂ ਰੰਗ ਦੇ ਬਿਨਾ ਪ੍ਰਧਾਨ ਨੂੰ ਕਹਿੰਦਾ ਟਰੈਕਟਰ ਲਿਆ ਲੈ ਕਰੀਏ ਰੰਗ ਜਿਹੜਾ ਮਰਜ਼ੀ ਕਰਾਊਗਾ ਹਾਂ ਫ੍ਰੀ ਸੇਵਾ ਰੰਗ ਤੁਹਾਡਾ ਹੋਰ ਕਿਆ ਬਾਕੀ ਚਰੀ ਬਹੁਤ ਵਧੀਆ ਹੋ ਗਈ ਹੈ ਨਾ ਚਰੀ ਤਾਂ ਬਹੁਤ ਵਧੀਆ ਵੀ ਹੈ ਤਾਂ ਹੀ ਮੈਂ ਕਹਿੰਦਾ ਵੀ ਰੇ ਰੁਗ ਨਾਲ ਬੈਠ ਕੇ ਨਿਕਲਦੀ ਇੱਕ ਹਾਂ ਜੇ ਹੁਣ 50 ਰੁਗ ਨਿਕਲ ਵੱਡੇ ਆ ਮੈਂ 50 ਨਾਲ ਬੈਠ ਕੇ ਨਿਕਣੀ ਆ 50 ਬੈਠ ਕੇ ਨਿਕਲ ਦੁੱਗਣਾ ਕੰਮ ਛਿੜਦਾ ਹਾਂ ਇਹ ਤਾਂ ਹੈ ਇੱਕ ਭਰੀ ਰਹਿ ਗਈ ਮੈਨੂੰ ਹੁਣ ਉਹ ਵੱਢ ਲੋ ਵੱਢ ਕੇ ਫਿਰ ਆਪਾਂ ਚੱਲਦੇ ਉਧਰ ਦੇਖਦੇ ਕਿ ਬੌਂਦੇ ਬੁੰਦੇ ਨੂੰ ਰੱਸੀਆਂ ਪਤਾ ਲਿਆਇਆ ਪਤਾ ਨਹੀਂ ਯਾਰ ਨਹੀਂ ਲਿਆਇਆ ਨਹੀਂ ਲਿਆਇਆ ਨਹੀਂ ਨਹੀਂ ਮੈਨੂੰ ਤਾਂ ਦੇਖਿਆ ਮੈਂ ਪੁੱਛ ਕੇ ਆਉਣਾ ਮੈਂ ਲਿਆਉਣਾ ਕੋਈ ਵੱਢੋ ਜਾਨੂੰ ਮੈਂ ਇੱਕ ਵਾਰ ਵੀ ਰਹਿ ਗਈ ਬਸ ਲੋ ਜੀ ਉਧਰ ਹੱਛੇ ਲੱਗ
ਬਾਕੀ ਰੂਟਾਵੇਟਰ ਬਾਈ ਛਾਪਟ ਵਢਾਏ ਤੇ ਦੇਖ ਲਓ ਮਲਾਈ ਕਿੰਨੀ ਕਰਨ ਲੱਗ ਗਿਆ। ਆਹ ਦੇਖ ਲਓ ਪਹਾੜ ਆਹ ਪਾਈ ਵੀ ਆ, ਮਤਲਬ ਇਹ ਪਤਾ ਨਹੀਂ ਇਹ ਰੂਟਾਵੇਟਰ ਦੀ ਹੋਵੇ, ਰੂਟਾਵੇਟਰ ਨਾਲ ਪਾਈ ਵੀ ਆ ਅਤੇ ਆਹ ਉਹਦੇ ਨਾਲ ਕਈਆਂ ਜਿਹਨਾਂ ਦੇ ਮੁਰਲਾ ਪਾਸਾ ਨਹੀਂ ਲੱਗਦਾ ਡੰਡਾ ਟਾਈਟ ਕਰੇ ਤੇ ਵੀ ਉਹ ਪਿੱਛੇ ਦੇ ਵੀ ਸਮਾਂ ਚੱਕ ਹੋ ਜਾਂਦਾ ਜੇ ਆਪਾਂ ਡੰਡਾ ਟਾਈਟ ਕਰਦੇ ਛਾਪਟ ਨਾਲ। ਅਤੇ ਛਾਪਟ ਵਢਾ ਲਿਓ ਬਾਈ ਜੇ ਕਿਸੇ ਦੇ ਹੋਏ ਆਖਣਾ, ਮੈਂ ਵੀ ਵਢਵਾਈ ਤੀ। ਬਾਕੀ ਕਰਾਉਂਦੇ ਆ ਗੱਲਬਾਤ ਤੁਹਾਡੀ ਐਚ ਵੀ ਨਾਲ ਆਉਣ ਦਿਓ। ਦੇਖਦਾ ਸੀ ਕਿਆ 7 ਫੁੱਟ ਨੇ ਸਿਆਣ ਦਾ, ਟਾਇਰਾਂ ਦੇ ਪੰਜਵੇਂ ਲੋ ਚ ਚੱਲਦਾ, ਆਹ ਦੇਖ ਲਾ ਹੁਣ ਖਤਮ ਤਾਂ ਨਹੀਂ ਖੇਤ, ਆਹ 2 ਫਾਂਟਾ ਜਿਹੜੀ ਫਾਲਤੂ ਆ ਬੱਟਾਂ ਦੇ ਦੋਵਾਂ ਦੇ ਨਾਲ, ਲੋਟ ਆ ਜਾਣਾ ਕੰਮ ਨੇ ਪੰਜਵੇਂ ਲੋ ਚਾਹੀਦਾ ਰੱਸੀਆਂ ਪੁੱਛ ਲਾ ਨਾਲੇ ਮੋਟੇ ਹੱਡਾਂ ਨਾਲ ਸਾਰੀ ਰਾਤ ਚੱਲੀ ਜਾਣਾ ਪਾਠੀ ਲੱਗਣਾ 6-7 ਕਿੱਲੇ ਪਾਉਂਦਾ ਪਹਿਲੇ ਲੋ ਚ ਰਾਤ ਨੂੰ ਤਾਂ ਆਉਂਦਾ ਦਿਨ ਮੈਂ ਬੋਰ ਪਠੋਕ ਦੇ ਤੈਨੂੰ ਪੱਖਾ ਉੱਪਰ ਸਾਰਾ ਦਿਨ ਰਾਤ ਕੰਮ ਲੈਣਾ, ਰਾਤ ਕੰਮ ਚੱਲਦਾ 30-32 ਲੀਟਰ ਦੀ ਟੈਂਕੀ ਦੀ 3 ਦਿਹਾੜੀਆਂ ਟੈਂਕੀ ਲਾਉਂਦੀ ਬੋਰ ਪਰ 3 ਦਿਹਾੜੀਆਂ ਲੈ ਬਾਈ। ਚਾਚੇ ਮਿਲਣ ਨੂੰ ਚਲੇ ਜਾਂਦਾ 2-2 ਦਿਨ ਨੀ ਆਉਂਦਾ, ਹਾਂ ਜੋ ਮਰਜ਼ੀ ਕਰੀ ਦੇਖਾਂਗੇ ਕੋਈ ਸਰਤਾਜ ਮਿਲ ਗਿਆ ਆਪਾਂ ਲਾਉਂਗੇ ਹੌਲੀ ਹੌਲੀ, ਹੁਣੀ ਨੀ ਕਹਿੰਦਾ ਮੈਂ ਲਾਉਂਗੇ ਟਾਈਮ ਹੌਲੀ ਹੌਲੀ ਲਾਉਂਗੇ। ਉਹ ਤਾਂ ਟਾਕੇ ਟਿੱਕੇ ਲੈਣਾ ਹੁਣ, ਐਂ ਤਾਂ ਗਲ ਫਰਾ ਲੈਣ ਦਾ ਚਵਾਜੇ ਲੈ ਲਵੇ, ਉਹਦਾ ਕੋਈ ਕੰਮ ਨਹੀਂ ਆਪਾਂ ਜੋੜਦੇ ਆ, ਆਪਣਾ ਉਹ ਕੰਮ ਨਹੀਂ ਹੈਗਾ ਵੀ ਨੇੜੇ ਤੇੜੇ ਹੁਣ ਆਪਣਾ ਸੰਦ ਬਣਾ ਲੋ, ਆਈ ਬੰਦਾ ਚੱਲਦਾ ਕੰਮ ਖਰਚਾ ਹੈ ਨੀ ਕੋਈ, ਅੱਗੇ ਮਹਾਰਾਜ ਦੀ ਕਿਰਪਾ ਹੈ, ਠੀਕ ਹੈ ਵਧੀਆ ਫਸਲ ਬਾੜੀ ਗੰਨਾ ਵਧੀਆ ਲੱਗ ਗਿਆ, ਬਾਪੂ ਕਹਿੰਦਾ ਭਾਈ ਲੈ ਲੈ ਹੁਣ ਸਲਾਹ ਕੋਈ ਨੀ, ਮਿਹਨਤ ਕਰਦਾ ਲੈਣ ਨੂੰ ਕਿਆ ਔਖੀ ਆ, ਕੁਛ ਨੀ ਕਰਨੇ ਦੀ ਲੋੜ, ਉਹਦੀ ਕੀਲੀ ਚ ਖੜੀ ਕਰ, ਜੇ ਗਾਹਾਂ ਕਰਨਾ ਇੱਥੇ ਤੇ ਉੱਥੇ ਭਰੇਲਦੇ ਨੇ ਕੀ ਹੱਥ ਨਾਲੇ ਘੁਮਾ ਦੇ ਹੈਂਡਲ ਗਾਹਾਂ ਤੁਰ ਪੈਂਦਾ ਉਹ, ਅੱਛਾ ਸਲਫ ਲੋੜ ਦੀ ਲੋੜ ਨਹੀਂ ਉਹਨੂੰ, ਬੱਲੇ ਉਹ ਤਾਂ ਭਾਈ ਤੱਕ ਬਹੁਤ ਵਧੀਆ ਸਿਫਤ ਦੀ ਸਰਤਾਜ ਚ ਅਸੀਂ ਤਾਂ ਬਹੁਤ, ਮੈਂ ਕਹਿੰਦਾ
ਮੈਂ ਇੰਨਾ ਕਿਤੇ ਜਿੱਦਾਂ ਸਰਦਾਰ ਚਲਾਉਂਦਾ ਪੜਿਆ ਹੈ ਨੀ ਤਾਂ ਝੂਠ ਗਾਈਏ ਝੂਠ ਤਾਂ ਹੈ ਮੈਨੇਜਰ ਲਾ ਠੀਕ ਹੈ ਹਿਸਾਬ ਕਿਤਾਬ ਦਾ ਇੰਨਾ ਪੱਕਾ ਹੈ ਬੰਦਾ ਭਾਈ ਪੜਾਉਣਾ ਚਾਹੀਦਾ ਨਿਆਣਾ ਚੱਲ ਮੈਂ ਜਿਹੜਾ ਕਰ ਲਈ ਜਦੇ ਟਾਈਮ ਤੇ ਚੱਲ ਵੀ ਜਾਂਦੇ ਚੱਲਦੀ ਸੀ ਹੋਰ ਕਿਆ ਨਾ ਆਪਾਂ ਇੰਨਾ ਬੈਂਕਾਂ ਬੁੱਕਾਂ ਚ ਗਏ ਆ ਤੂੰ ਸਿੱਧੀ ਗੱਲ ਕਹਾਂ ਮੈਂ ਐਮਰਜੈਂਸੀ ਰਾਤ ਨੂੰ ਕਿਤੇ ਹੋਰ ਪਾਸੇ ਲੋੜ ਸਾਡੇ ਤਾਂ ਕੰਮ ਹੈ ਝੂਠ ਨੀ ਬੋਲਣਾ ਸੱਚੀ ਗੱਲ ਹੈ ਕਸਮੀ ਗੱਲ ਹੈ ਬਸ ਆਪਾਂ ਨੇ ਹਾੜੀ ਆਪਣੇ ਫਸਲ ਪਾ ਪੈਸੇ ਆਉਣੇ ਆ ਉਹ ਮਹੀਨੇ ਕ ਮੈਂ ਇੱਧਰ ਉੱਧਰ ਹੋ ਲੈਂਦੇ ਉਹਦੇ ਬਾਅਦ ਪੇਪਰ ਜਾਂ ਕਾਪੀਆਂ ਖਾਲੀ ਆ ਸੇਬ ਤਾਂ ਹੁੰਦੇ ਹੀ ਨੀ ਹੈ ਹੀ ਨੀ ਕੰਮ ਇੰਨਾ ਕੁ ਆਪਾਂ ਨੇ ਜਰੂਰ ਕਰਿਆ ਵੀ ਕੱਲ ਨੂੰ ਮਹਾਰਾਜ ਨਾ ਕਰੇ ਕੋਈ ਬਿਮਾਰ ਠਮਾਰ ਇੰਨੇ ਕੁ ਜੋਗੇ ਪਰ ਭਾਈ ਆਪਾਂ ਹੈਗੇ ਆ ਉਹ ਤਾਂ ਚੱਲ ਇੰਨਾ ਕੁ ਤਾਂ ਰੱਖਣਾ ਹੀ ਪੈਂਦਾ ਜਿੱਦਣ ਟਰੈਕਟਰ ਲਿਆ ਉਦਣ 50,000 ਲੈ ਕੇ ਗਿਆ ਉਹ ਤੇ ਆਪਣੇ ਕੋਲ ਕੋਈ ਝੂਠ ਨੀ ਬਣੀ ਦੀ ਗੱਲ ਹੁੰਦੀ ਹੈ ਉਹ ਤੇ ਕਿਹਾ ਮੈਂ 50,000 ਦੇ ਵੀ ਮੈਂ ਬੈਂਕ ਨੀ ਗਿਆ ਹੈਗਾ ਜਦੇ ਸਲਾਹ ਬਣੀ ਉਹ ਕਹਿੰਦੇ ਵੀ ਆਜੋ ਦੇਖ ਜੋ ਉਹਨੇ ਜਦੇ ਮੈਨੂੰ 50,000 ਦਿੱਤਾ ਚੌਥੇ ਦਿਨ ਉਹਦੇ ਲਿਆ ਕੇ ਦੇ ਦਿੱਤੇ ਉੱਧਰ ਉਹ ਵੀ ਤਾਂ 4 ਦਿਨ ਹੋ ਗਏ ਬੈਂਕ ਵਾਲਿਆਂ ਸਾਲਿਆਂ ਨੇ ਹੜਤਾਲ ਕਰੀ ਤਾਂ ਵੀ ਹੁਣ ਜਿੱਦਣ ਫਾੜੇ ਲਿਆ ਆ ਉਦਣ ਵੀ 14,000 ਲੈ ਗਿਆ 14,000 ਦੇ ਆਪਣੇ ਬੇਗੇ ਤੇ ਉਹਨੂੰ ਕਿਹਾ ਵੀ ਬਾਈ ਮੈਂ ਬੈਂਕ ਨੀ ਗਿਆ ਹੈਗਾ ਉਹ ਕਹਿੰਦਾ ਜਦ ਤੈਨੂੰ ਲੋੜ ਹੁੰਦੀ ਲੈ ਅਗਲੇ ਨੂੰ ਪਤਾ ਹੁੰਦਾ ਯਾਰ ਵੀ ਬੰਦੇ ਦਾ ਹਿਸਾਬ ਕਿਤਾਬ ਕਿਹਾ ਜਾਏ ਦੂਏ ਦਿਨ ਉਹ ਤੇ ਮੋੜ ਤੇ ਲਿਆ ਗਿਆ ਆਪਣੇ ਕੋਲ ਝੂਠ ਨੀ ਹੈਗਾ ਇੰਨਾ ਤਾਂ ਹੈ ਨੀ ਵੀ ਕੋਈ ਵੀ 50,000 ਆਪਾਂ ਘਰਾਂ ਰੱਖੀ ਬੈਠੇ ਕਿਤੇ ਹੈਗੇ ਨੇ ਬੰਦਾ ਵੀ ਹੱਸ ਕੇ ਜਦ ਅਗਲੇ ਨੂੰ ਆਪਾਂ ਮੋੜਦੇ ਆ ਹੁਣ ਤੂੰ ਹੀ ਸਭ ਤੋਂ ਬੜੀ ਗੱਲ ਹੁੰਦੀ ਹੈ ਸਭ ਕੁਝ ਠੀਕ ਹੈ ਸਭ ਕੁਝ ਵਧੀਆ ਜਾ ਬੰਦੇ ਦਾ ਜਵਾਨ ਸਹੀ ਹੈ ਨਾ ਸਭ ਕੁਝ ਠੀਕ ਹੈ ਸਾਰਾ ਕੁਝ ਠੀਕ ਹੈ ਇਹ ਤਾਂ ਹੈ ਦੁਨੀਆ ਇਹ ਤਾਂ ਹੈ ਨਹੀਂ ਵੀ ਕੋਈ ਬਹੁਤਾ ਹੀ ਹੋਵੇ ਸਭ ਦਾ ਨਾ ਬੰਦਾ ਫਰਕ ਪਾਉਂਦਾ ਨਾ ਇੱਕ ਬੰਦੇ ਦੇ ਰੂਹ ਪੜ ਕੇ ਐਂ ਦੇਖ ਕੇ ਪਾ ਲੇ ਬੰਦਾ ਠੀਕ ਹੈ ਗਲਤ ਹੈ ਅੱਖ ਤੇ ਹੀ ਦੱਸ ਦਿੰਦਾ ਬੰਦਾ ਵੀ ਇਹ ਠੀਕ ਹੈ ਕਿ ਗਲਤ ਹੈ ਬੰਦਾ ਬਾਕੀ ਬੋਲ ਬਾਣੀ ਉਹਦੀ ਪਹਿਲਾਂ ਦੱਸ ਦਿੰਦੀ ਉਹ ਪਹਿਲਾਂ ਹੀ ਦੱਸ ਦਿੰਦੀ ਹੈ ਪਾਰਖੂ ਇਹ ਅੱਜ ਕੱਲ ਤਾਂ ਅੱਜ ਕੱਲ ਮੈਂ ਕਹਿੰਦਾ ਦੁਨੀਆ ਢੀਂਗ ਦੇ ਢੀਂਗ ਪਈ ਹੈ ਬੰਦਾ ਗੱਲ ਦੱਸ ਦਿੰਦੀ ਤੋਂ ਅੱਗੇ ਆ ਜਾ ਬੰਦਾ ਇਹ ਹੁਣ ਆਪਾਂ ਵੀਡੀਓ ਗੱਪ ਮਾਰਦੇ ਆ ਜੇ ਚੱਲ ਕੱਲ ਨੂੰ ਜਦੋਂ ਅਗਲਾ ਫੜ ਕੇ ਦੱਸ ਦਿੰਦਾ ਭਾਈ ਆ ਗੱਪ ਯਾਰ ਹੁਣ ਸੱਚ ਆ ਕੋਈ ਬੋਲਦਾ ਸੱਚ ਤਾਂ ਸੱਚੇ ਆ ਹਕੀਕਤ ਹੈ ਤੂੰ ਬੋਲ ਕੇ ਕਰੂੰਗੇ ਵੀ ਕਿਆ ਜਿੰਨੇ ਕੁ ਜੋਗੇ ਹੈਗੇ ਆਪਾਂ ਉਹਨਾਂ ਦਾ ਉਹਨਾਂ ਦਾ ਹੋਰ ਕਿਆ ਝੂਠ ਬੋਲਣ ਵਾਲੇ ਤੇ ਭਾਈ ਇੱਕ ਬੰਦੇ ਦੀ ਜ਼ੁਬਾਨ ਸਮਝਿਆ ਇੱਕ ਤਾਂ ਬੰਦੇ ਦੀ ਜ਼ੁਬਾਨ ਸਹੀ ਹੋਣੀ ਚਾਹੀਦੀ ਆ ਜਿੱਥੇ ਖੜ ਗਏ ਉਸ ਵੀ ਹੋ ਜਾਵੇ ਬਸ ਠੀਕ ਨਹੀਂ ਗੱਲ ਪਿੱਛੇ ਨਹੀਂ ਹਟਣਾ ਚਾਹੀਦਾ ਦੂਜੀ ਗੱਲ ਹੈ ਬੰਦੇ ਦਾ ਹਿਸਾਬ ਤਾਬ ਸਹੀ ਹੋਣਾ ਚਾਹੀਦਾ ਇੱਕ ਝੂਠ ਤੇ ਨਫ਼ਰਤ ਮੈਨੂੰ ਜ਼ਿਆਦਾ ਸਭ ਤੋਂ ਜ਼ਿਆਦਾ ਝੂਠ ਜਿਹੜਾ ਬੰਦਾ ਬੋਲਦਾ ਤੇ ਜ਼ਿਆਦਾ ਨਫ਼ਰਤ ਹੈ ਝੂਠ ਨਾ ਬੋਲੋ ਝੂਠ ਤਾਂ ਵੀ ਨਾ ਬੋਲੋ ਸਾਰੀ ਕਰ ਦਰੋ ਤੁਹਾਨੂੰ ਲੱਗੀ ਹੈ ਤਾਂ ਵੀ ਨਾ ਬੋਲੋ ਬੰਦਾ ਠੀਕ ਨਹੀਂ ਗੱਲ ਇਹਦੇ ਝੂਠ ਤਾਂ ਮੈਨੂੰ ਬਿਸ ਦਿਖਾਈ ਦਿੰਦਾ ਮੈਂ ਇਹਨੂੰ ਵੀ ਕਹਿੰਦਾ ਵੀ ਝੂਠ ਨਹੀਂ ਬੋਲਣਾ ਜਿੱਥੇ ਬੋਲਣਾ ਝੂਠ ਨਹੀਂ ਬੋਲਣਾ ਸੱਚ ਬੋਲਣਾ ਇੱਕ ਝੂਠ ਨੂੰ 100 ਵਾਰੀ ਛਪਾਉਂਗਾ ਤਾਂ ਨਹੀਂ ਛਿਪਣਾ ਤਾਂ ਵੀ ਛਿਪਣਾ ਇੱਕ ਦਿਨ ਤਾਂ ਸਾਹਮਣੇ ਆਉਣਾ ਹੀ ਇੱਕ ਦਿਨ ਬਾਅਦ ਸਾਹਮਣੇ ਆਉਣਾ ਹੈ ਕਿ ਨਹੀਂ ਉਹੀ ਗੱਲ ਹੈ ਅਗਲਾ ਹਰੇਕ ਕਹਿੰਦਾ ਵੀਰੇ ਤੁਹਾਡੀ ਹਕੀਕਤ ਹੈ ਠੀਕ ਹੈ ਆਪਣੇ ਕੋਲ ਝੂਠ ਵਾਲਾ ਕੋਈ ਗੱਲ ਹੈ ਨਹੀਂ ਯਾਰ ਝੂਠ ਬੋਲ ਕੇ ਅਸੀਂ ਲੈਣਾ ਗਿਆ ਅਸੀਂ ਕਿਆ ਜਿੱਤਣਾ ਆਪਾਂ ਗੁਰੂ ਘਰ ਜਾਂਦੇ ਝੂਠ ਬੋਲ ਕੇ ਕਰੂੰਗੇ ਵੀ ਗਿਆ ਫਲਾਣਾ ਗੱਲਾਂ ਆਪਣੇ ਕੋਲ ਉਹ ਗੱਲ ਨੀ ਹੈਗੀ ਜਿਹੜੀ ਹਕੀਕਤ ਹੈ ਹਕੀਕਤ
बहुत नजारा सब ते नजारा बस अल्प मार के पंजवा लो ला ला हौली हौली लिया हौली हौली अपा ने ना एक बार हौली 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 लिया के आया पा झूठा नहीं मारना चाचा चला लगे ट्रैक्टर अज पहली बार चलाया चाचे ने पर जे हाथ लग गया वर्ग नजारा नहीं थले गिरे थले परवाह ही नहीं है हां चकन की लोड़ नहीं तेल फरके पा चल अपा पता ही लगता बाकी भाई बढ़िया मिल गए महाराज की कृपा होगी है कि नहीं ठीक है बढ़िया चलाई है चल भरिया पा फिर तू लगी माड़ी निगाह रखी बापू की ड्राइवर कोई चक्कर नहीं किधर इधर छोटे लोड़ ताना वा कढ़ाई भी ये नहीं मुड़िया कोई चाचा लग्या वा कौन कैसा लगता चाचे नजारा आया बे नजारा एक बारी हाथ लग जाता चलाए ते पिछे ना देखने की लोड़ नहीं जो मर्जी पाला जाता बाकी नहीं चोर है बहुत ट्रैक्टर का है ना खेत भी देख ला 15 मिनट ये बात था चोरा बहुत है पांच पांच गेयर है भाई बीटा पांच है दी पांचवे लोड़ लगे हुए बहुत चक्कर 1800 चक्कर ਚਲਾਈ ਬਹੁਤ ਵਧੀਆ ਜੀ ਟਰੈਕਟਰ ਦੀ ਇੱਕ ਤਾਂ ਖੁੱਲਾ ਡੁੱਲਾ ਉੱਪਰ ਤੇ ਚੱਕਰ ਦੱਸਾਂ ਕਿ ਆਪਾਂ ਨੂੰ ਤਾਂ ਲੱਗਦੀ ਆਪਾਂ ਨੇ ਪਹਿਲਾਂ ਮੈਸੀ ਚਲਾਇਆ ਛੋਟਾ ਨਹੀਂ ਚਲਾਇਆ ਫਿਰ ਮੈਂ ਵੀ ਆਏ 850 ਤੇਰੇ ਵਾਲਾ ਮੈਸੀ ਨਾਲ ਤਾਂ ਬੜਾ ਹੀ ਤਾਂ ਥੋੜਾ ਕਾਲੇ ਵਾਲਾ ਵੀ ਲਾ ਕੇ ਦੇਖਿਆ ਪਿਆ ਹਾਂ ਜਿਹੜੀ ਆਹ ਜਗ੍ਹਾ ਖੁੱਲੀ ਆ ਇਹਦਾ ਬਹੁਤ ਫਾਇਦਾ ਥੱਕਦਾ ਨਹੀਂ ਬੰਦਾ ਇੱਕ ਹੀ ਪੈਰ ਹੈ ਦੇਖ ਇੱਥੇ ਕੁਰਸੀ ਰੱਖੀ ਹੈ ਆਰਾਮ ਨਾਲ ਰੇਸ ਵੀ ਦੇਖ ਹੋਰ ਹੈ ਕਿ ਇਹਦਾ ਬਹੁਤ ਫਾਇਦਾ ਹੈ ਇਹਦਾ ਤਾਂ ਨਜ਼ਾਰਾ ਹੀ ਆ उधर हाथ उ
ਚੀਜ਼ ਹੈ, ਗਾਹ ਤੇ ਗਾਹ ਤਕਨੀਕ ਵਧੀਆ ਆ ਜਾਂਦੀ ਹੈ। ਹੁਣ ਪੈਸੇ ਲੱਗੇ ਵੇ ਦੁਖਦੇ ਨੀ, ਭੁੱਲ ਜਾਣੇ ਜੇ ਲੱਗੇ, ਭੁੱਲ ਜਾਣੇ ਭੁੱਲੇ ਗਏ ਸਮਝ। ਹੁਣ ਤਾਂ ਚੀਜ਼ ਵਧੀਆ ਹੋਵੇ ਬਸ, ਫਿਰ ਨੀ ਪੈਸੇ ਦੁਖਦੇ। ਬਾਕੀ ਰੂਟਾ ਬੀਟਰ ਬਾਈ ਰੌਲਾ ਬਹੁਤ ਹੈ ਇਹ। ਹਾਂ ਰੂਟਾ ਬੀਟਰ ਤਾਂ ਮੇਰੀ ਗੱਲ ਸੁਣ ਲਾ, ਪੰਮੇ ਨੇ ਵਾਹ ਲਿਆ, ਗੋਲੂ ਨੇ ਵਾਹ ਲਿਆ, ਮਾਸੜ ਨੇ, ਮਾਸੜ ਤਾਂ ਪਾਉਂਦਾ ਹੀ ਪਾਉਂਦਾ ਪਤਾ, ਧਿੰਦੇ ਨੇ ਵਾਹ ਲਿਆ। ਰੂਟਾ ਬੀਟਰ ਕਹਿੰਦੇ ਇੰਨਾ ਰੈਲਾ ਨੀ ਦੇਖਿਆ ਜਿੰਨਾ ਰੈਲਾ, ਮੈਂ ਵੀ ਦੇਖਿਆ। ਮੇਰੇ ਵਾਲਾ ਬਹੁਤ ਸ਼ਕਤੀਮਾਨ ਦੇ ਰੈਲੇ ਨਾ, ਉਹ ਕੈੜੇ ਆ ਥੋੜੇ ਜਿਹੇ। ਹਾਂ ਕਹਿੰਦਾ ਰੈਲਾ ਬਹੁਤ ਸ਼ਕਤੀਮਾਨ ਦੇ। ਹਾਂ ਤਾਰਾ ਲਿਫਟ ਤਾਰ ਦੇ ਭਾਈ, ਲਿਫਟ ਦੇ ਕਿੱਡੀ ਉਹ ਲਾਇਆ ਵੇ ਲੀਵਰ। ਬਾਕੀ ਹੈਂ ਥੱਕਦਾ ਨੀ, ਬਾਕੀ ਪੀਟੀਓ ਸ਼ਾਪਟ ਵਾਲਾ ਹੈ ਨਜ਼ਾਰਾ। ਹੁਣ ਲੱਦਦਾ ਦੇ ਚਾਚੇ ਕਹਿ ਵੱਢ ਤੇ, ਮੈਂ ਆਪਣੇ ਆਪਣੀ ਟੁੱਕਿਓ ਬਾਪੂ ਦੇ ਸਿਰ ਤੇ, ਕਰਦਾ ਨੀ ਹੈਗਾ ਜਿੱਥੇ ਮਰਜ਼ੀ ਘੁੰਮਿਆ ਕਰ ਦੇਣਾ ਬਾਪੂ ਨੇ, ਪੱਕੀ ਗੱਲ ਹੈ ਇਹ। ਰਾਤ ਨੂੰ ਉਦਣ ਇੱਕ ਵਜੇ ਬੰਦ ਕਰਕੇ ਇਕੱਠੇ ਬਣਾ ਕੇ ਰੱਖੇ ਰੱਬ ਪਿਆਰ। ਬਾਕੀ ਆਪਣੀ ਬਾਈ ਫੈਮਿਲੀ ਵੀ ਛੋਟੀ ਜੀ ਹੋਵੇ ਬਹੁਤ ਉਹ। ਬਾਕੀ ਗਾਹ ਨੂੰ ਗੁਰਿੰਦਰ ਰਾਜ ਹੁਣ ਤਿੰਨ ਜਣੇ ਇੰਜੋਏ ਕਰਨਾ ਹੈ ਚਾਚੇ, ਗੁਰਿੰਦਰ ਪੜ੍ਹਾਉਣਾ ਤਾਂ ਹੈਗਾ, ਜ਼ੋਰ ਬਹੁਤ ਲਾਇਆ, ਪੜ੍ਹ ਲੈ ਪੜ੍ਹ ਲੈ। ਨਹੀਂ ਪੜ੍ਹਨਾ, ਕਿੱਥੇ ਪੜ੍ਹਦੇ ਹਾਂ ਆਪਾਂ, ਬਹੁਤ ਜ਼ੋਰ ਲਾਇਆ ਭੈਣ ਨੂੰ ਕੁੜੀ ਨੂੰ ਕੋਰਸ ਕਰਾਇਆ ਹੋਈ ਹੈ ਨਰਸਿੰਗ ਦਾ, ਪੜ੍ਹਾਉਣਾ 8 ਲੱਖ ਰੁਪਇਆ ਲੱਗਿਆ ਜਾ ਕਰਾਇਆ ਕਿਸੇ ਨੇ, ਨਹੀਂ ਮੈਂ ਨਹੀਂ ਪੜ੍ਹਨਾ ਹੈਗਾ। ਮੈਂ ਲਾਤਾ ਉਹਨੇ ਬਾਪੂ ਪੜ੍ਹ ਲੈ ਕਹਿੰਦਾ, ਪੁੱਤ ਕੁਛ ਨਹੀਂ ਕਹਿੰਦਾ, ਮੇਰੀ 8 ਲੱਖ ਰੁਪਇਆ ਯਾਰ ਜ਼ਿੰਦਗੀ ਕਹਿੰਦਾ ਮੇਰੀ ਐਂ ਲੰਘ ਗਈ ਕਹਿੰਦਾ, ਖੇਤੀ ਦਾ ਚਸਕਾ ਪੈ ਗਿਆ ਉਹ ਨੀ ਪੜ੍ਹਦਾ। ਬਾਪੂ ਹਟਿਆ ਬਿਠਾ ਦੇਣਾ, ਪੜ੍ਹਨੇ ਵਾਲਾ ਚਾਹੀਦਾ, ਪੈਸੇ ਲਾਉਣ ਲੱਗਾ ਮਾਂ ਬਾਪ ਨੀ ਦੁਖਦੇ, ਦੁਖਦੇ ਤਾਂ ਹੈ ਨੀ। ਹੁਣ ਮੇਰੀ ਗੱਲ ਸੁਣ ਲੈ, ਆਪਣੇ 4 ਕਿੱਲੇ 5 ਕਿੱਲੇ ਆਪਣੇ ਪਾਸ, 4-5 ਉਹਦਾ ਪੂਰਾ ਖਰਚਾ ਕਰਿਆ ਕੁੜੀ ਮੈਂ ਪੜ੍ਹਾਉਣੇ ਲਿਖਾਉਣੇ ਦਾ, ਮੈਂ ਕਰ ਲਾ ਜਿਹੜਾ ਕਰਨਾ, ਜੇ ਡਾਕਟਰੀ ਕਰਨੀ ਮੈਂ ਡਾਕਟਰੀ ਵੀ ਕਰ ਲਾ, ਪਹਿਲਾਂ ਇੰਨੀ ਜ਼ਮੀਨ ਭਰੇ ਮੈਂ, ਦੇਖ ਲਾ ਕੁੜੀ ਇੰਨੀ ਪੜ੍ਹਾਤੀ, ਇਹਨੂੰ ਕਿਹਾ ਪੜ੍ਹ ਲੈ ਮੰਨਿਆ ਨਹੀਂ ਪੜ੍ਹਿਆ। ਨਹੀਂ ਚਾਚੇ ਜਿਹਨਾਂ ਦੇ ਹੁੰਦਾ ਹੀ ਆ ਨਾ ਬਸ, ਵੀ ਖੇਤੀ ਕਰਨੀ ਖੇਤੀ ਭਰੇ ਆ, ਫਿਰ ਉਹ ਇਹ ਤਾਂ ਜਿੰਨਾ ਮਰਜ਼ੀ ਜ਼ੋਰ ਲਾ ਲਾ ਪੜ੍ਹਦਾ ਨਹੀਂ। ਮੇਰੇ ਦਾਦੇ ਨੇ ਨਾ ਮੈਨੂੰ ਦੇਖ ਲੈ, ਜਿਉਂ ਕੰਮ ਕਰਕੇ ਵੀ ਜਾਣਾ ਮੈਂ ਰਾਤ ਨੂੰ ਖੇਤ ਖੂਤ, ਪਹਿਲਾਂ ਵਾਹੀ ਜਾਂਦਾ ਤਾ, ਉਹਨੇ ਮੈਨੂੰ ਜਾਂਦੇ ਨੂੰ ਇਨਾਮ ਦੇਣਾ 100 ਰੁਪਇਆ ਵੀ ਵਾਹ ਕੇ ਆਇਆ ਅੱਜ। ਹਾਂ ਫਿਰ ਦੱਸ ਕਿੱਥੇ ਤੇ ਪੜ੍ਹਨਾ ਤਾ, ਪਰ ਇੱਕ ਗੱਲ ਆ, ਤੂੰ ਕਹਿੰਦਾ ਪੜ੍ਹ ਲਾ, ਕਦੇ ਦਾਦੇ ਨੇ ਨੀ ਕਿਹਾ, ਹੁਣ ਦਾਦੇ ਤਾਂ ਐਂ ਕਹਿੰਦੇ ਪੁੱਤ ਕੰਮ ਕਰ ਲਾ, ਸਾਡੇ ਵੀ ਆਈ ਤੇ ਖਾ ਲੂੰਗਾ ਵੀ ਪੁੱਤ, ਉਹ ਤਾਂ ਐਂ ਕਹਿੰਦੇ ਹੁੰਦੇ ਸਾਡੇ ਵੀ, ਹਾਂ ਭਾਈ ਜੱਟਾਂ ਨੂੰ ਨੌਕਰੀਆਂ ਨੀ ਹੈਗੀਆਂ ਪੁੱਤ ਕੰਮ ਕਰ ਲਾ, ਪਰ ਕਾਲੇ ਚਾਚੇ ਨੇ ਬਹੁਤ ਜ਼ੋਰ ਲਾਇਆ ਇਹਨੂੰ, ਜਦ ਮੈਂ ਕੁਆਰਾ ਹੁੰਦਾ ਤਾਂ ਕਹਿੰਦਾ ਭੇਜ ਦਿੰਦੇ ਆ ਦੇਖ ਲੈ, ਰਿਸ਼ਤਾ ਕਰ ਦਿੰਦੇ ਆ, 2.5 ਲੱਖ ਵਾਲੀ ਕੁੜੀ ਮੈਂ ਨਹੀਂ ਰੋਟੀ ਖਾਣੀ ਸ਼ਾਮ ਦੀ, ਖਬਰੇ ਹੋਰੇ ਪਾਸੇ ਲਿਖੀ ਸ਼ਾਮ ਦਾ ਬਰਗਰ ਆਪਣੇ ਲਿਖਿਆ ਵੀ ਆ, ਇਹਦੇ ਮਾਮਾ ਵਾਲ ਕੁੱਟਦੀ ਆ ਜਦੋਂ ਕਹਿ ਦਿੰਦਾ ਤਿੰਦੇ ਨੂੰ ਉਹ ਕਰ ਲੈ, ਹਾਂ
ਬਰਗਰ ਮੈਂ ਖਾਣਾ ਰੋਟੀ ਨਹੀਂ ਮੈਂ ਖਾਣੀ ਹੈਗੀ ਤੂੰ ਪਹਿਲਾਂ ਦੱਸ ਦੇ ਜਿਹੜਾ 6-7 ਰੋਟੀਆਂ ਦੇ ਬਣਾਏ ਵੀ ਉਹ ਵਟਰਾ ਕਾ ਨੂੰ ਖਰਾਬ ਕਰਦਾ ਚੱਕ ਲਈਏ ਚਲੋ ਜੀ ਮੈਂ ਮੋਟਰਸਾਈਕਲ ਪਰ ਠੀਕ ਹੈ ਠੀਕ ਹੋਰ ਕੀ ਤੇ ਬਾਕੀ ਲਿਆ ਬਾਕੀ ਬਾਈ ਚੱਲਦੇ ਆ ਜੀ ਘਰ ਨੂੰ ਲੇਟਦੇ ਜੀ ਤੇ ਬਾਕੀ ਬਾਈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੇ ਜੀ चलो चंगा।